ਅਖੀਰ ਕਹਿੰਦਾ ਮੈਂ 50,000 ਤੋਂ ਘੱਟ 5,000 ਰੁਪਏ ਨਹੀਂ ਲੈਣੇ। 10 ਦਿਨ ਪਹਿਲਾਂ ਮੈਂ ਫਿਰ 50,000 ਰੁਪਏ ਦਿੰਦਾ ਉਹਨੂੰ, ਮੈਂ 25,000 ਦੱਸ ਰਿਹਾ ਲੈ ਲਓ ਅਤੇ ਮੈਂ ਤੁਹਾਨੂੰ ਪੈਸੇ ਬਾਅਦ 'ਚ ਦੇ ਦਾਂਗਾ। ਕਹਿੰਦਾ ਤੁਸੀਂ ਪੈਸੇ ਲੈਣੇ 50,000 ਇਕੱਠੇ ਲੈਣੇ ਅਤੇ ਇਕੱਠੇ ਲੈਣੇ। ਮੈਂ ਫਿਰ ਮਜਬੂਰ ਹੋ ਗਿਆ ਸਰ, ਵਿਜੀਲੈਂਸ ਨਾਲ ਗੱਲ ਕੀਤੀ, ਜਦ ਵਿਜੀਲੈਂਸ ਨੇ 50,000 ਰੁਪਏ ਰਿਸ਼ਵਤ ਲੈਣ ਮੌਕੇ 'ਤੇ ਫੜ ਲਿਆ ਜੀ। ਅੱਛਾ ਸਰ, 2023 ਵਿੱਚ ਜਦੋਂ ਮੈਂ ਠੇਕਾ ਲਿਆ ਸੀ, ਪਹਿਲੇ ਇੱਥੇ SMO ਹੋ ਰਹੀ ਹੋ, SMO ਤੋਂ ਬਾਅਦ ਟੀਮ ਜਦੋਂ ਇਹਨਾਂ ਤੋਂ ਬਾਦਲ ਆਇਆ, ਇਹ ਉਦੋਂ ਤੋਂ ਇਹ ਕਿਸੇ ਬੰਦੇ ਨੇ ਕਹਿਣ 'ਤੇ ਮੈਨੂੰ ਤੰਗ ਕਰਦੇ ਸੀ। ਸਾਰੇ ਡਾਕਟਰਾਂ ਦੀ ਰੋਟੀ ਕੀਤੀ ਜੀ ਇੱਥੇ, ਸਾਰੇ ਡਾਕਟਰ ਸਿਵਲ ਸਰਜਨ ਤੋਂ ਲੈ ਕੇ ਜਿੰਨੇ ਇੱਥੇ ਪ੍ਰੋਗਰਾਮ, ਸਾਰੇ ਕਹਿੰਦੇ ਖਾਣਾ ਬਹੁਤ ਵਧੀਆ ਜੀ। ਇਹ ਕਹਿੰਦੇ ਤਾਂ ਯਾਰ ਤੁਸੀਂ ਸਬਜ਼ੀ ਬਣਾਉਣੀ ਨਹੀਂ ਆਉਂਦੀ, ਤੇਰੀ ਤਾਂ ਗੋਭੀ ਬਹੁਤ ਮਾੜੀ। ਮੈਂ ਤੰਗ ਹੀ ਸਾਰਿਆਂ ਨੇ ਬਹੁਤ ਜ਼ਿਆਦਾ, ਇੰਨਾ ਕੀਤਾ ਸੀ ਮੈਨੂੰ। ਸਿਵਲ ਹਸਪਤਾਲ ਤਰਨ ਤਾਰਨ ਵਿਖੇ SMO ਡਾਕਟਰ ਕਵਲਜੀਤ ਸਿੰਘ ਨੂੰ ਵਿਜੀਲੈਂਸ ਟੀਮ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹੈ। ਇਸ ਸੰਬੰਧੀ ਅਸੀਂ ਸ਼ਿਕਾਇਤਕਰਤਾ ਨਾਲ ਗੱਲ ਕਰਾਂਗੇ, ਇਹ ਸਾਰਾ ਕੀ ਮਾਮਲਾ ਸੀ ਔਰ ਕਿਵੇਂ ਇਸ ਨੂੰ ਟਰੈਪ ਲਗਾ ਕੇ ਕਾਬੂ ਕੀਤਾ ਗਿਆ। ਸਰ, ਕੀ ਨਾਮ ਹੈ ਤੁਹਾਡਾ ਔਰ ਇਹ ਕੀ ਕਿਸ ਤਰ੍ਹਾਂ ਹੋਇਆ, ਤੁਸੀਂ ਕਿਉਂ ਕੀਤਾ ਇਹ ਕਾਰਵਾਈ? ਸਰ, ਮੇਰਾ ਨਾਮ ਧਰਮਵੀਰ ਸਿੰਘ ਆ, ਮੈਂ ਇੱਥੋਂ ਪੱਤਰਕਾਰ ਹਾਂ, 26 ਸਾਲ ਤੋਂ ਮੈਂ ਪੱਤਰਕਾਰ ਹਾਂ। ਬੇਟਾ ਮੇਰਾ ਬੇਰੁਜ਼ਗਾਰ ਸੀ 12ਵੀਂ ਦੀ ਪੜ੍ਹਾਈ ਤੋਂ ਬਾਅਦ, ਮੇਰੇ ਕੋਲ ਬਹੁਤੇ ਸਾਧਨ ਨਹੀਂ ਸੀ ਹੈਗੇ ਪੜ੍ਹਾਉਣ ਦੇ ਬੱਚਿਆਂ ਨੇ, ਨਾ ਕਿ ਕੰਮ 'ਤੇ ਲਗਾਉਣ ਵਾਸਤੇ। ਬੇਟੇ ਆਪਣੇ ਮੈਂ ਕੰਟੀਨ ਲੈਤੀ ਜੀ ਆਪਣੇ ਨਾਲ ਭਾਈ ਲਾਇਲ ਅਤੇ ਮਾਝਾ ਇੰਟਰਪ੍ਰਾਈਜ਼ ਨਾਂ 'ਤੇ ਅਸੀਂ ਆਪਣੀ ਕੰਟੀਨ ਬਣਾਈ ਜੀ। 1 ਜਨਵਰੀ 2023 ਨੂੰ ਮੇਰਾ ਠੇਕਾ ਹੋਇਆ ਜੀ, 8,10,000 ਰੁਪਏ ਦਾ। ਪਿਛਲੇ ਸਾਲ ਕੰਟੀਨ ਤੋਂ ਜੀ ਕੰਮ ਉੱਥੇ ਕੰਮ ਮੈਨੂੰ 3.5 ਲੱਖ ਰੁਪਏ ਦਾ ਘਾਟਾ ਪਿਆ ਜੀ। ਮੈਂ ਕਿ ਆਪਣਾ ਜਿਹੜੇ ਇੱਥੇ SMO ਕਵਲ ਜੀ ਸੀ, ਉਹਨਾਂ ਨੂੰ ਮੈਂ ਬੇਨਤੀ ਕੀਤੀ, ਸਰ ਮੈਨੂੰ ਘਾਟਾ ਪਿਆ, ਮੈਨੂੰ ਐਕਸਟੈਂਡ ਕਰ ਦਿਓ, ਟੈਂਡਰ ਨਾ ਕਰਵਾਓ। ਪਹਿਲਾਂ ਤਾਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੇ ਰਹੇ ਵੀ ਤੁਸੀਂ ਟੈਂਡਰ ਹੋਣਾ ਹੀ ਹੋਣਾ ਜੀ। ਉਦੋਂ ਵੀ ਮੇਰੇ ਕੋਲ ਇਹਨਾਂ ਨੇ 30-35,000 ਰੁਪਇਆ ਲਿਆ ਜੀ, ਮਤਲਬ ਦਸੰਬਰ ਦੇ ਵਿੱਚ। ਮੁੜ ਕੇ ਇਹਨਾਂ ਨੇ ਠੇਕਾ ਸਟੈਂਡ ਕਰ ਦਿੱਤਾ। ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਠੇਕਾ ਇੱਦਾਂ ਨਹੀਂ ਹੁੰਦਾ, ਸਟੈਂਡਰ ਨੂੰ ਕਾਗਜ਼ ਮੈਂ ਬਾਅਦ 'ਚ ਦੇਣੇ ਆ, ਤੂੰ ਮੈਨੂੰ 50,000 ਰੁਪਇਆ ਦੇ। ਮੈਂ ਸਰ 50,000 ਦੀ ਮੇਰੀ ਹੈਸੀ ਨਹੀਂ ਗਈ, ਚਲੋ ਮੈਂ ਤੁਹਾਡੀ ਸੇਵਾ ਪਾਣੀ ਕਰ ਦਿੰਦਾ, 10-15,000 ਰੁਪਏ ਦੇ ਦੇਣਾ, ਵੀ ਜਿੱਦਾਂ ਦਾ ਮੇਰੇ ਬੱਚੇ ਸਮਝੋ ਤੁਹਾਡੇ ਬੱਚੇ ਉਸ ਘਰ 'ਤੇ ਬੈਠੇ ਰਹਿਣਗੇ ਜੀ। ਇਹ ਸਰ ਮੈਨੂੰ ਬਹੁਤ ਤੰਗ ਕਰਦਾ ਸੀ, ਕਦੀ ਕਹਿੰਦਾ ਵੀ ਐਮਰਜੈਂਸੀ ਜਿਹੜੀ ਬਿਲਡਿੰਗ ਬਣਨੀ ਆ ਉਹਦੇ ਵਿੱਚ ਮੈਂ ਤੇਰੀ ਕੰਟੀਨ ਦੀ ਜਗ੍ਹਾ ਲੈ ਲੈਣੀ ਆ, ਕਦੀ ਕੁਝ ਕਰਦਾ ਕਦੀ ਕੁਝ ਕਰਦਾ ਸੀ। ਪਰ ਪਿਛਲੇ ਹਫ਼ਤੇ ਨੇ ਮੈਨੂੰ ਫਿਰ ਨੋਟਿਸ ਬਣਾ ਕੇ ਦੱਬੇ, ਤੂੰ ਇੱਥੇ ਖਬਰਾਂ ਬਣਾਉਣਾ, ਤੂੰ ਇਲੀਗਲ ਕੰਮ ਕਰਦਾ ਜੀ। ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਸਰ, ਮੈਂ ਪਤਾ ਨਹੀਂ ਮੈਂ ਕਿੰਨਾ ਕੁ ਪਰੇਸ਼ਾਨ ਰਿਹਾ, ਮੈਂ ਘਰ ਸੌਂਦਾ ਨਹੀਂ ਰਿਹਾ, ਬੜੀ ਜ਼ਿਆਦਾ ਪਰੇਸ਼ਾਨੀ। ਮੈਂ ਬੜੀਆਂ ਮਿੰਨਤਾਂ ਕੀਤੀਆਂ ਰਹੀਆਂ, ਬਹੁਤ ਜਿਹੜੀਆਂ ਮਿੰਨਤਾਂ ਕੀਤੀਆਂ ਹੱਥ ਜੁੜ ਕੇ ਵੀ, SMO ਸਾਹਿਬ ਨਾ ਇੱਦਾਂ ਨਾ ਕਰੋ, ਪਰ ਇਹ ਬਾਜ਼ ਨਹੀਂ ਆਇਆ ਜੀ। ਅਖੀਰ ਕਹਿੰਦਾ ਮੈਂ 50,000 ਤੋਂ ਘੱਟ 5,000 ਰੁਪਏ ਨਹੀਂ ਲੈਣੇ। 10 ਦਿਨ ਪਹਿਲਾਂ ਮੈਂ ਫਿਰ 50,000 ਰੁਪਏ ਦਿੰਦਾ ਉਹਨੂੰ, ਮੈਂ 25,000 ਰੁਪਏ ਸਾਰਾ ਗੱਲ ਲੈ ਲਓ ਅਤੇ ਮੈਂ ਤੁਹਾਨੂੰ ਪੈਸੇ ਬਾਅਦ 'ਚ ਦੇ ਦਾਂਗਾ। ਕਹਿੰਦਾ ਤੁਸੀਂ ਪੈਸੇ ਲੈਣੇ 50,000 ਇਕੱਠੇ ਲੈਣੇ ਅਤੇ ਇਕੱਠੇ ਲੈਣੇ ਆ ਜੀ। ਮੈਂ ਫਿਰ ਮਜਬੂਰ ਹੋ ਗਿਆ ਸਰ, ਵਿਜੀਲੈਂਸ ਨਾਲ ਗੱਲ ਕੀਤੀ, ਜਦ ਵਿਜੀਲੈਂਸ ਨੇ 50,000 ਰੁਪਏ ਰਿਸ਼ਵਤ ਲੈਣ ਮੌਕੇ 'ਤੇ ਫੜ ਲਿਆ ਜੀ। ਅੱਛਾ, ਇਹ ਕਿਸ ਤਰ੍ਹਾਂ, ਕਿੰਨੇ ਸਮੇਂ ਤੋਂ ਤੁਸੀਂ ਇਹ ਤੁਹਾਨੂੰ ਇਹ ਪਰੇਸ਼ਾਨ ਕੀਤਾ ਜਾ ਰਿਹਾ ਸੀ ਔਰ ਮਤਲਬ ਕਿਸ ਗੱਲ ਦੇ ਪੈਸੇ ਮੰਗੇ ਜਾਂਦੇ ਸੀ ਤੁਹਾਨੂੰ, ਕਿਉਂ ਮਤਲਬ ਪਰੇਸ਼ਾਨ? ਸਰ, 2023 ਵਿੱਚ ਜਦੋਂ ਮੈਂ ਠੇਕਾ ਲਿਆ ਸੀ, ਪਹਿਲੇ ਇੱਥੇ SMO ਹੋ ਰਹੀ ਹੋ, SMO ਤੋਂ ਬਾਅਦ ਟੀਮ ਜਦੋਂ ਇਹਨਾਂ ਤੋਂ ਬਾਦਲ ਆਇਆ, ਇਹ ਉਦੋਂ ਤੋਂ ਕਿਸੇ ਬੰਦੇ ਨੇ ਕਹਿਣ 'ਤੇ ਮੈਨੂੰ ਤੰਗ ਕਰਦੇ ਸੀ। ਪਹਿਲੇ ਦਿਨ ਤੋਂ ਕਦੀ ਕਿਸੇ ਜੀ ਨੂੰ ਕੱਢ ਦੇਣਾ, ਕਦੀ ਕੁਝ ਕੱਢ ਦੇਣਾ, ਕਦੀ ਨੋਟਿਸ ਭੇਜ ਦੇਣੇ, ਕਦੀ ਕਹਿ ਦੇਣਾ ਵੀ ਤੇਰੇ ਠੇਕੇ ਦੀ ਜਿਹੜੀ ਕੰਟੀਨ ਆਪਣਾ ਜਿਹੜੀ ਆਉਂਦਾ ਵਾ ਮਹੀਨੇ ਬਾਅਦ ਕਿਸ਼ਤ ਆਉਂਦੀ, ਕਿਸ਼ਤ ਨਹੀਂ ਟਾਈਮ ਸਿਰ ਆਉਂਦੀ। ਮੈਂ ਕਹਿਣਾ ਜੀ ਮੈਨੂੰ ਕਿਸ਼ਤ ਜਾਂ ਤਾਂ ਆਉਣੀ ਆ ਜੀ, ਤੁਸੀਂ ਮੈਨੂੰ ਪੈਸੇ ਲੈ ਕੇ ਦੇਣੀ ਹੈ, DMC ਦਫ਼ਤਰ ਮੈਨੂੰ ਪੈਸੇ ਆਉਣੇ ਆ ਜੀ। ਕਦੀ ਮੇਰੀ ਰੋਟੀ 'ਚ ਜਾ ਕਸੂਰ ਕੱਢ ਦੇਣਾ ਜੀ, ਕਦੀ ਕਹਿ ਦਿੰਦੇ ਵੀ ਕੜੀ ਖਰਾਬ ਆਈ ਜੀ, ਮੁੜ ਕੇ ਉਹ ਕੜੀ ਮੈਂ SMO ਸਾਹਿਬ ਨੂੰ ਜਿਹੜੀ ਖਾਧੀ, ਉਹ ਕੜੀ ਮੈਂ ਸਿਵਲ ਸਰਜਨ ਸਾਹਿਬ ਨੂੰ ਖਾਣੀ, ਉਹ ਕਹਿੰਦੇ ਜੀ ਸਹੀ ਆ। ਕਦੀ ਮੇਰੀ ਕੜੀ ਖਰਾਬ ਹੈ, ਕਦੀ ਮੇਰੇ ਚੌਲ ਖਰਾਬ ਹੈ ਜੀ। ਅਤੇ ਪਿਛਲੇ ਹਫ਼ਤੇ ਮੈਂ ਫਿਰ ਸਾਰੇ ਡਾਕਟਰਾਂ ਦੀ ਰੋਟੀ ਕੀਤੀ ਜੀ ਇੱਥੇ, ਸਾਰੇ ਡਾਕਟਰ ਸਿਵਲ ਸਰਜਨ ਤੋਂ ਲੈ ਕੇ ਜਿੰਨੇ ਇੱਥੇ ਪ੍ਰੋਗਰਾਮ, ਸਾਰੇ ਕਹਿੰਦੇ ਖਾਣਾ ਬਹੁਤ ਵਧੀਆ ਜੀ। ਇਹ ਕਹਿੰਦੇ ਤਾਂ ਯਾਰ ਤੁਸੀਂ ਸਬਜ਼ੀ ਬਣਾਉਣੀ ਨਹੀਂ ਆਉਂਦੀ, ਤੇਰੀ ਤਾਂ ਗੋਭੀ ਬਹੁਤ ਮਾੜੀ। ਮੈਂ ਤੰਗ ਹੀ ਸਾਰਿਆਂ ਨੇ ਬਹੁਤ ਜ਼ਿਆਦਾ, ਇੰਨਾ ਕੀਤਾ ਸੀ ਮੈਨੂੰ, ਅੱਜ ਮੈਂ ਮਜਬੂਰ ਹੋ ਗਿਆ ਫਿਰ 50,000 ਰੁਪਇਆ। ਮੈਂ ਕਿਹਾ ਕਿਤੋਂ ਕਰਕੇ ਅਰੇਂਜਮੈਂਟ, ਮੈਂ ਕਿਹਾ ਲੈ ਲਓ ਜੀ। ਫਿਰ ਕਹਿੰਦਾ ਕਹਿੰਦਾ ਘੱਟ ਤਾਂ ਨਹੀਂ, ਮੈਂ ਕਿਹਾ ਜੀ ਗਿਲੋ ਜੀ ਘੱਟ ਯਾਰ, ਮੈਂ ਤੁਹਾਡਾ ਜੇ ਹੋ ਰਿਹਾ। ਫਿਰ ਕਹਿੰਦਾ ਵੀ ਤੇਰਾ ਚਲੋ 50,000, ਇਹ ਆਪਣਾ ਪੁਰਾਣਾ ਸੌਦਾ ਹੋ ਗਿਆ, ਆਹ ਜਿਹੜਾ ਰਸਤਾ ਜੀ ਨਜਾਇਜ਼ ਰਸਤਾ ਬਣਿਆ ਜਿੱਥੋਂ ਮੇਰਾ ਨੁਕਸਾਨ ਹੁੰਦਾ ਵਾ, ਇਹਦੇ ਬਾਰੇ ਮੈਂ ਕਿਹਾ। ਮੈਂ ਕਿਹਾ ਜੀ ਆਹ ਕਰਾ ਦਿਓ। ਕਹਿੰਦਾ ਮਿਸਤਰੀ ਤੂੰ ਕੋਲੋਂ ਲਾ ਲਾ ਅਤੇ ਮੈਂ ਤੇਰੇ ਨਾਲ ਖੜ ਜੂੰਗਾ, ਤਾਂ ਰੁਪਇਆ 10,000 ਫਿਰ ਲਊਂਗਾ।
10,000 ਰੁਪਇਆ ਤਾਂ ਹੋਰ ਦੇਣਾ ਕੀਤਾ ਜਿੰਨਾ ਮੈਂ। ਹਾਂਜੀ, ਇਸ ਮਜਬੂਰੀ ਪਰੇਸ਼ਾਨੀ ਤੋਂ ਬਾਅਦ ਕੰਟੀਨ ਦੇ ਜਿੰਨਾ ਠੇਕਾ ਲਿਆ ਵਾ ਉਹਨਾਂ ਵੱਲੋਂ ਮਜਬੂਰੀ 'ਚ ਆ ਕੇ ਇਹ ਸਟੈਪ ਚੁੱਕਿਆ ਗਿਆ ਹੈ। ਵਿਜੀਲੈਂਸ ਟੀਮ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਡਾਕਟਰ ਕਮਲਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਰਮਨ ਚਾਵਲਾ, ਜਗਬਾਣੀ TV, ਤਰਨ ਤਾਰਨ। ਨਾਮ ਕੀ ਕੱਪੜੇ ਦੇ ਵਿੱਚ ਅਲਮਾਰੀ ਚ?